ਪੰਜਾਬ ਫੈਕਟ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ। ਆਪਾਂ ਸਾਰੇ ਹਰਜਿੰਦਰ ਸਿੰਘ ਜਿੰਦੇ ਬਾਰੇ ਤਾਂ ਬਹੁਤ ਕੁਝ ਜਾਣਦੇ ਹਾਂ, ਕਾਫੀ ਰਸਾਲਿਆਂ ਵਿੱਚ ਅਖਬਾਰਾਂ ਵਿੱਚ ਰੋਜ਼ ਉਹਨਾਂ ਬਾਰੇ ਛਪਦਾ ਰਹਿੰਦਾ ਹੈ, ਪਰ ਜਿਹੜੇ ਉਹਨਾਂ ਨਾਲ ਬੰਦੇ ਰਹਿੰਦੇ ਸੀ ਉਹਨਾਂ ਬਾਰੇ ਬਹੁਤ ਹੀ ਘੱਟ ਪਤਾ ਲੱਗਦਾ। ਸੋ ਇਸੇ ਤਰ੍ਹਾਂ ਦੇ ਇੱਕ ਬੰਦੇ ਬਾਰੇ ਜਿਹਦਾ ਨਾਂ ਦਲਜੀਤ ਸਿੰਘ ਉਰਫ ਬੱਬੂ ਸੀ, ਉਹਦੇ ਬਾਰੇ ਤੁਹਾਨੂੰ ਅੱਜ ਗੱਲਬਾਤ ਦੱਸਾਂਗੇ। ਜੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਇਹਨੂੰ। ਭਾਊ ਦਲਜੀਤ ਸਿੰਘ ਬਿੱਟੂ ਹੋਰੀ ਦੱਸਦੇ ਨੇ, ਕਹਿੰਦੇ ਵੀ ਜਦੋਂ ਨਵੰਬਰ 84 ਕਤਲੇਆਮ ਤੋਂ ਬਾਅਦ ਹਰਜਿੰਦਰ ਸਿੰਘ ਜਿੰਦਾ ਅਤੇ ਮਥਰਾ ਸਿੰਘ ਹੋਰੀ ਦਿੱਲੀ ਗਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਉੱਥੇ ਆਪਣੇ ਰਹਿਣ ਦੇ ਪ੍ਰਬੰਧ ਕੀਤੇ। ਜਿੰਦੇ ਦੀ ਰਿਸ਼ਤੇਦਾਰੀ ਵਿੱਚ ਇਹ ਪਰਿਵਾਰ ਸੀ ਅਤੇ ਇਸ ਨੌਜਵਾਨ ਰਾਹੀਂ ਉਹਨਾਂ ਨੇ ਦਿੱਲੀ ਵਿੱਚ ਕਈ ਠਾਰਾਂ ਬਣਾਈਆਂ। ਫਿਰ ਦਿੱਲੀ ਬਾਰੇ ਜਾਣਕਾਰੀ ਲਈ ਉੱਥੇ ਕਿਰਾਏ ਦਾ ਮਕਾਨ ਲੈ ਕੇ ਠਾਰ ਬਣਾਈ, ਜਿੱਥੇ ਅਸੀਂ ਸਾਰੇ ਜਣੇ ਕਾਫੀ ਚਿਰ ਰਹੇ। ਸਾਡਾ ਦਿੱਲੀ ਦਾ ਇਹ ਮੁੱਖ ਟਿਕਾਣਾ ਹੀ ਬਣ ਗਿਆ ਸੀ। ਉਸ ਵਕਤ ਸਭ ਸਿੱਖਾਂ ਵਿੱਚ ਜੂਨ 84 ਅਤੇ ਨਵੰਬਰ 84 ਦੇ ਜ਼ਖਮ ਹਲੇ ਅੱਲੇ ਸਨ ਅਤੇ ਆਮ ਸਿੱਖਾਂ ਵਿੱਚ ਵੀ ਖਾੜਕੂਆਂ ਪ੍ਰਤੀ ਹਮਦਰਦੀ ਸੀ। ਜਿਹੜੇ ਬੰਦਿਆਂ ਬਾਰੇ ਤੁਸੀਂ ਇਹ ਸੋਚੋਗੇ ਕਿ ਇਹ ਤਾਂ ਕਦੇ ਵੀ ਆਪਣੇ ਫਾਇਦੇ ਤੋਂ ਬਿਨਾਂ ਕੋਈ ਕੰਮ ਨਹੀਂ ਕਰੇਗਾ, ਉਸ ਵੇਲੇ ਇਹੋ ਜਿਹੇ ਲੋਕ ਵੀ ਸਾਡੀ ਮਦਦ ਕਰਨ ਨੂੰ ਤਿਆਰ ਸਨ। ਬੱਬੂ ਨੇ ਸਾਨੂੰ ਬਹੁਤ ਇਹੋ ਜਿਹੇ ਬੰਦੇ ਮਰਵਾਏ ਜਿਹੜਿਆਂ ਬਾਰੇ ਆਮ ਹਾਲਾਤਾਂ ਵਿੱਚ ਸੋਚਿਆ ਵੀ ਨਹੀਂ ਸੀ ਜਾ ਸਕਦਾ। ਇਹ 23-24 ਸਾਲ ਦਾ ਗਠੇ ਹੋਏ ਸਰੀਰ ਦਾ ਨੌਜਵਾਨ ਸੀ ਅਤੇ ਦਾੜਾ ਖੁੱਲ੍ਹਾ ਛੱਡਦਾ ਸੀ, ਜ਼ਿਆਦਾਤਰ ਕੇਸਰੀ ਦਸਤਾਰ ਸਜਾ ਕੇ ਰੱਖਦਾ। ਇਹ ਬੜਾ ਖੁਸ਼ ਮਿਜ਼ਾਜ ਅਤੇ ਉੱਦਮੀ ਨੌਜਵਾਨ ਸੀ। ਬੱਬੂ ਇਹ ਕਰੋਲ ਬਾਗ ਰਹਿੰਦੇ ਸਨ ਅਤੇ ਅਸੀਂ ਕਦੇ ਕਦੇ ਇਹਨਾਂ ਕੋਲ ਅਤੇ ਇਹਨਾਂ ਦੇ ਮਲਾਏ ਹੋਰ ਸਿੰਘਾਂ ਕੋਲ ਵੀ ਜਾਂਦੇ ਸਾਂ, ਖਾਸ ਕਰਕੇ ਜਦੋਂ ਘਰ ਦੇ ਖਾਣੇ ਨੂੰ ਚਿੱਤ ਕਰੇ। ਇਹਨਾਂ ਦੇ ਘਰ ਮੱਕੀ ਦੀ ਰੋਟੀ ਅਤੇ ਸਾਗ ਬਹੁਤ ਲਾਜਵਾਬ ਬਣਦਾ ਸੀ। ਸਾਡੀ ਠਾਰ ਬਾਰੇ ਬੱਬੂ ਨੂੰ ਪਤਾ ਸੀ ਪਰ ਉਹ ਉੱਥੇ ਨਹੀਂ ਸੀ ਆਇਆ ਕਦੇ। ਜਿੰਦੇ ਨੇ ਇਸ ਦਾ ਪੰਜਾਬ ਵਿੱਚ ਰਿਸ਼ਤਾ ਵੀ ਤੈਅ ਕਰਾਇਆ ਹੋਇਆ ਸੀ ਅਤੇ ਇਹ ਢੋ ਢੁਆਈ ਦਾ ਕੰਮ ਕਰਦੇ ਸਨ। ਗੁਜਰਾਤ ਤੋਂ ਬੰਬੇ ਤੱਕ ਇਹਨਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ। ਜਦੋਂ ਅਸੀਂ ਅਹਿਮਦਾਬਾਦ ਡਾਕਾ ਮਾਰਿਆ ਤਾਂ ਉੱਥੇ ਜੋ ਸਕੂਟਰ ਖਰੀਦਿਆ ਸੀ ਉਹਦੇ ਸੁਰਾਗ ਰਾਹੀਂ ਗੁਜਰਾਤ ਪੁਲਿਸ ਦਿੱਲੀ ਪਹੁੰਚ ਗਈ। ਉਹਨਾਂ ਨੇ ਬੱਬੂ ਨੂੰ ਦਿੱਲੀ ਪੁਲਿਸ ਰਾਹੀਂ ਗ੍ਰਿਫਤਾਰ ਕਰ ਲਿਆ। ਉਸ ਵਕਤ ਪੁਲਿਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਖਾੜਕੂਆਂ ਦਾ ਮਸਲਾ ਹੈ। ਉਹਨਾਂ ਨੇ ਸੋਚਿਆ ਕਿ ਇਹ ਕੋਈ ਲਟੇਰੇ ਡਾਕੂ ਨੇ। ਦਿੱਲੀ ਵਿੱਚ ਬੱਬੂ ਦੀ ਬਹੁਤ ਤਫਤੀਸ਼ ਹੋਈ, ਉਸ ਉੱਤੇ ਬਹੁਤ ਤਸ਼ੱਦਦ ਹੋਇਆ, ਪਰ ਉਸ ਨੇ ਕਾਫੀ ਸਮਾਂ ਇਹ ਤਸ਼ੱਦਦ ਝੱਲਿਆ। ਸਾਡੀ ਠਾਰ ਉਨਾ ਚਿਰ ਨਹੀਂ ਫੜਾਈ ਜਿੰਨਾ ਚਿਰ ਅਸੀਂ ਉਸ ਨੂੰ ਖਾਲੀ ਨਹੀਂ ਕਰ ਦਿੱਤਾ। ਅਸੀਂ ਠਾਰ ਤਾਂ ਛੱਡ ਦਿੱਤੀ ਪਰ ਹਰਜਿੰਦਰ ਸਿੰਘ ਅਤੇ ਮਥਰਾ ਸਿੰਘ ਕਰੋਲ ਬਾਗ ਬੱਬੂ ਦੇ ਘਰ ਉਹਦੇ ਬਾਰੇ ਪਤਾ ਕਰਨ ਗਏ ਤਾਂ ਉੱਥੇ ਪੁਲਿਸ ਨੇ ਜਿੰਦੇ ਨੂੰ ਜੱਫਾ ਮਾਰ ਦਿਆ। ਇਸ ਤਰ੍ਹਾਂ ਜਿੰਦਾ ਪਹਿਲੀ ਵਾਰ ਗ੍ਰਿਫਤਾਰ ਹੋ ਗਿਆ। ਪੁਲਿਸ ਨੇ ਉਸ ਨੂੰ ਡਾਕੂ ਹੀ ਸਮਝਿਆ, ਜਿਸ ਕਰਕੇ ਜਿੰਦੇ ਅਤੇ ਬੱਬੂ ਦੋਵਾਂ ਨੇ ਇਹ ਗੱਲ ਨਹੀਂ ਖੋਲ੍ਹੀ ਕਿ ਦਿੱਲੀ ਵਾਲੇ ਸਾਰੇ ਕੰਮ ਵੀ ਇਹਨਾਂ ਨੇ ਕੀਤੇ ਨੇ। ਜਿੰਦੇ ਨੂੰ ਉਹਨਾਂ ਨੇ ਅਲੈਦਾ ਕਰ ਦਿਆ ਅਤੇ ਬੱਬੂ ਨੂੰ ਅਲੱਗ ਤਸੀਹੇ ਦਿੱਤੇ। ਤਸ਼ੱਦਦ ਦੌਰਾਨ ਬੱਬੂ ਦੀ ਵਿਚਾਰੇ ਦੀ ਮੌਤ ਹੋ ਗਈ। ਪੁਲਿਸ ਨੇ ਤਾਂ ਇਹ ਦਿਖਾਇਆ ਕਿ ਉਸਨੇ ਗੁਸਲਖਾਨੇ ਵਿੱਚ ਆਪਣੀ ਕੇਸਕੀ ਨਾਲ ਫਾਹਾ ਲੈ ਲਿਆ, ਪਰ ਅਸਲ ਵਿੱਚ ਜ਼ਿਆਦਾ ਤਸ਼ੱਦਦ ਨਾਲ ਉਸਦੀ ਮੌਤ ਹੋਈ। ਦਿੱਲੀ ਵਿੱਚ ਉਦੋਂ ਝੂਠੇ ਮੁਕਾਬਲੇ ਵਿਖਾਉਣ ਦਾ ਰਿਵਾਜ਼ ਨਹੀਂ ਸੀਗਾ, ਇਸ ਲਈ ਉੱਥੇ ਦੀ ਪੁਲਿਸ ਨੇ ਹਿਰਾਸਤੀ ਮੌਤ ਲਈ ਫਾਹੇ ਦਾ ਢਕਵੰਜ ਰਚ ਦਿੱਤਾ। ਇਹ ਸਿੰਘ ਸਾਡੀ ਕਿਸੇ ਕਾਰਵਾਈ ਵਿੱਚ ਹਿੱਸੇਦਾਰ ਨਹੀਂ ਸੀਗਾ, ਪਰ ਹਰ ਤਰ੍ਹਾਂ ਦੀ ਮਦਦ ਲਈ ਸਦਾ ਤਿਆਰ ਰਹਿੰਦਾ ਸੀ ਅਤੇ ਸਾਨੂੰ ਸਭ ਨੂੰ ਬਹੁਤ ਪਿਆਰ ਕਰਦਾ ਸੀ। ਮੈਨੂੰ ਹਾਲੇ ਵੀ ਉਹਦਾ ਕੇਸਰੀ ਦਸਤਾਰ ਵਾਲਾ ਖੁੱਲ੍ਹਾ ਕਾਲਾ ਭਰਵਾਂ ਦਾੜਾ ਅਤੇ ਹੱਸਦਾ ਚਿਹਰਾ ਯਾਦ ਆਉਂਦਾ ਹੈ। ਇਸ ਤਰ੍ਹਾਂ ਦੇ ਕਿੰਨੇ ਹੀ ਸਿੰਘ ਨੇ ਜਿਹੜੇ ਸਿਰਫ ਆਪਣੀ ਪੰਥਕ ਭਾਵਨਾ ਅਤੇ ਸੇਵਾ ਕਰਕੇ ਆਪਣੀ ਜਾਨ ਵਾਰ ਕੇ ਪੰਥ ਦਾ ਹਿੱਸਾ ਹੋਣ ਦੀ ਕੀਮਤ ਅਦਾ ਕਰ ਗਏ। ਇਸੇ ਤਰ੍ਹਾਂ ਜਦੋਂ ਮੈਂ ਪਟਿਆਲੇ ਮਾਈ ਦੀ ਸਰਾਂ ਵਿੱਚ ਪੁਲਿਸ ਤਫਦੀਸ਼ ਵਿੱਚ ਸੀ ਤਾਂ ਉੱਥੇ ਇੱਕ ਗੋਲੂਨਾ ਦਾ ਰਸੋਈਆ ਹੁੰਦਾ ਸੀ। ਉਹਦਾ ਕੱਦ ਕੋਈ 5.5 ਫੁੱਟ, ਸਰੀਰ ਪਤਲਾ ਅਤੇ ਰੰਗ ਸਾਵਲਾ ਅਤੇ ਉਮਰ 30 ਕੁ ਸਾਲ ਹੋਵੇਗੀ ਉਹਦੀ। ਸਿਰ 'ਤੇ ਜੂੜਾ ਹੁੰਦਾ ਸੀ ਪਰ ਅਕਸਰ ਸਿਰੋਂ ਨੰਗਾ ਹੀ ਹੁੰਦਾ ਸੀ ਅਤੇ ਦਾੜ੍ਹੀ ਕੁਤਰੀ ਹੋਈ ਹੁੰਦੀ ਸੀ ਉਹਦੀ। ਪੁਲਿਸ ਅਮਲੇ ਅਤੇ ਸਾਰੇ ਹਵਾਲਾਤੀਆਂ ਨਾਲ ਉਹਦਾ ਵਰਤਾਓ ਇੱਕੋ ਜਿਹਾ ਹੀ ਹੁੰਦਾ ਸੀ।
ਉਹ ਸਾਰਾ ਦਿਨ ਕੰਮ ਕਰਦਾ ਰਹਿੰਦਾ, ਜੇ ਕਿਤੇ ਉਹਦੀ ਅੱਖ ਲੱਗ ਜਾਂਦੀ ਤਾਂ ਆਵਾਜ਼ ਪੈਣ 'ਤੇ ਉੱਠ ਕੇ ਉਸੇ ਤਰ੍ਹਾਂ ਬਿਨਾਂ ਕਿਸੇ ਖੁਸ਼ੀ ਗਮੀ ਦੇ ਕੰਮ ਲੱਗ ਜਾਂਦਾ। ਉਹਦਾ ਖਾਣਾ ਅਤੇ ਚਾਹ ਬਣਾਉਣ ਦਾ ਹੁਨਰ ਬਹੁਤ ਕਮਾਲ ਸੀ। DSP ਅਤੇ ਥਾਣੇਦਾਰ ਉਹਦਾ ਖਾਸ ਖਿਆਲ ਰੱਖਦੇ ਸਨ, ਉਹਦੇ ਨਾਲ ਕੋਈ ਮਾੜਾ ਸਲੂਕ ਨਹੀਂ ਸੀ ਕਰਦਾ। ਮੁਨਸ਼ੀ ਉਹਨੂੰ ਰੱਜ ਕੇ ਭੁੱਕੀ ਦਾ ਕੱਪ ਮਾਲਖਾਨੇ ਵਿੱਚੋਂ 2 ਟਾਈਮ ਦਿੰਦਾ ਹੁੰਦਾ ਸੀ। ਉਹ ਸਾਰਾ ਦਿਨ ਸੰਤੁਸ਼ਟ ਰਹਿੰਦਾ ਸੀ। ਕੱਪੜੇ ਉਹਨੂੰ ਕੋਈ ਮੁਲਾਜ਼ਮ ਕਦੇ ਸਵਾ ਕੇ ਦੇ ਦਿੰਦਾ, ਪਰ ਲੱਗਦਾ ਸੀ ਕਿ ਉਹਨੂੰ ਜ਼ਿੰਦਗੀ ਵਿੱਚ ਕੋਈ ਸ਼ੌਂਕ ਨਹੀਂ ਸੀਗਾ। ਉਹਨੂੰ ਆਪਣੇ ਕੰਮ ਹੀ ਜ਼ਿੰਦਗੀ ਦਾ ਮਨੋਰਥ ਲੱਗਦਾ ਸੀ। ਉਹ ਮੈਨੂੰ ਵੀ ਰੋਟੀ ਅਤੇ ਚਾਹ ਦਿੰਦਾ ਸੀ, ਪਰ ਬੋਲਦਾ ਕੁਛ ਨਹੀਂ ਸੀਗਾ। ਇੱਕ ਦਿਨ ਕੋਲੋਂ ਲੰਘਦਿਆਂ ਉਹ ਆਪਣੇ ਆਪ ਨੂੰ ਕਹਿ ਰਿਹਾ ਸੀ ਵੀ ਜੇ ਮੈਂ ਨਾ ਹੋਵਾਂ ਇਹਨਾਂ ਦੀ ਰਸੋਈ ਦਾ ਕੀ ਬਣੂ। ਉਹ ਵੇਖਣ ਨੂੰ ਸਿੱਧਰਾ ਜਿਹਾ ਲੱਗਦਾ ਸੀ। ਉਹ ਕਈ ਵਾਰ ਕਿਸੇ ਨਾਲ ਕੁਝ ਵੱਧ ਘੱਟ ਵੀ ਬੋਲ ਦਿੰਦਾ ਸੀ। ਕੋਈ ਉਹਦੀ ਗੱਲ ਦਾ ਬੁਰਾ ਨਹੀਂ ਸੀ ਮਨਾਉਂਦਾ। ਉਹਦੀ ਕਿਸੇ ਗੱਲ ਵਿੱਚ ਦਿਲਚਸਪੀ ਨਹੀਂ ਸੀ ਸਿਵਾਏ ਆਪਣੇ ਵਿਆਹ ਦੇ। ਪੁਲਿਸ ਵਾਲੇ ਉਹਦੇ ਨਾਲ ਲਗਾਤਾਰ ਇਸ ਮਸਲੇ 'ਤੇ ਛੇੜਛਾੜ ਕਰਦੇ ਰਹਿੰਦੇ ਸਨ। ਇੱਕ ਵਾਰ ਉਹਨਾਂ ਨੇ ਕਿਸੇ ਪੇਸ਼ੇਵਰ ਔਰਤ ਜੋ ਕਿਸੇ ਜੁਰਮ ਵਿੱਚ ਫੜੀ ਗਈ ਸੀ ਉਸ ਨਾਲ ਉਹਨੂੰ ਮਿਲਾ ਦਿੱਤਾ। ਹੁਣ ਉਹਦੇ ਬਾਰੇ ਸੋਚਦਾ ਰਹਿੰਦਾ ਸੀ ਉਹ। ਇੱਕ ਰਾਤ ਨੂੰ ਪੁੱਛਗਿੱਛ ਦੌਰਾਨ DSP ਕਹਿਣ ਲੱਗਿਆ ਵੀ ਇਹ ਗੋਲੂ ਵੀ ਤੁਹਾਡੀ ਬੰਦਾ ਹੈ, ਅਸੀਂ ਇਸ ਨੂੰ ਬਚਾ ਲਿਆ ਅਤੇ ਆਪਣੇ ਕੋਲ ਰੱਖ ਲਿਆ। ਇਹ 6 ਸਾਲ ਤੋਂ ਸਾਡੇ ਕੋਲ ਹੈ। ਸਾਡੀ ਰਸੋਈ ਦਾ ਕਰਤਾ ਧਰਤਾ ਹੁਣ ਇਹੀ ਹੈ। ਸਾਡਾ ਹੁਣ ਇਹਦੇ ਬਿਨਾਂ ਸਰਦਾ ਨਹੀਂ ਹੈਗਾ। ਅਸੀਂ ਇਸ ਨੂੰ ਪਿੰਡ ਜਾਣ ਨੂੰ ਕਿਹਾ ਤਾਂ ਹੁਣ ਵੀ ਇਹ ਪਿੰਡ ਜਾ ਕੇ ਰਾਜੀ ਨਹੀਂ ਹੈਗਾ। ਇਹਦੀ ਮਾਂ ਨੂੰ ਮਿਲਾਇਆ ਵੀ, ਪਰ ਇਹ ਵਾਪਸ ਨਹੀਂ ਜਾ ਰਿਹਾ। ਇਹ ਮੋਗੇ ਜ਼ਿਲ੍ਹੇ ਦੇ ਇੱਕ ਖਾੜਕੂ ਦਾ ਭਰਾ ਹੈ। ਖਾੜਕੂ ਦਾ ਪੁਲਿਸ ਨਾਲ ਮੁਕਾਬਲਾ ਹੋ ਗਿਆ, ਜਿਵੇਂ ਚੱਲਦਾ ਹੀ ਹੈ। ਪਿਓ ਇਹਦਾ ਥਾਣਿਆਂ ਦੀਆਂ ਕੁੱਟਾਂ ਅਤੇ ਕੈਦਾਂ ਭੋਗਦਿਆਂ ਦਮ ਤੋੜ ਗਿਆ। ਇਹਦੀ ਮਾਂ ਪਿੰਡ ਵਿੱਚ ਦਰਜੀਪਣੇ ਦਾ ਕੰਮ ਕਰਕੇ ਆਪਣਾ ਵਕਤ ਕੱਟਦੀ ਹੈ। ਉਹ ਲੈਣ ਆਉਂਦੀ ਹੈ, ਪਰ ਇਹ ਜਾਂਦਾ ਨਹੀਂ ਹੈਗਾ। ਸਿੱਧੇ ਸਾਦੇ ਇਨਸਾਨ ਜਿਹੜੀਆਂ ਦਾ ਆਪਣੇ ਕੰਮ ਤੋਂ ਬਿਨਾਂ ਕਿਸੇ ਹੋਰ ਗੱਲ ਨਾਲ ਵਾਸਤਾ ਨਹੀਂ ਹੈਗਾ, ਉਹ ਕਿਸ ਤਰ੍ਹਾਂ ਹਕੂਮਤ ਦੀ ਮਾਰ ਹੇਠ ਆ ਗਏ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹਨਾਂ ਨਾਲ ਕੀ ਹੋ ਗਿਆ। ਘੁੱਗ ਵੱਸਦੇ ਪਰਿਵਾਰਾਂ ਨੂੰ ਹਕੂਮਤ ਦੇ ਜਬਰ ਨੇ ਇਸ ਤਰ੍ਹਾਂ ਝੰਜੋੜਿਆ ਕਿ ਉਹ ਮੁੜ ਕਦੇ ਸਾਵੇਂ ਨਾ ਹੋਏ। ਉਹ ਲੋਕ ਉੱਖੜੇ ਹੋਏ ਘਾਹ ਵਾਂਗ ਹਵਾ ਦੇ ਨਾਲ ਹੀ ਹਿਲਦੇ ਅਤੇ ਰੁੜਦੇ ਗਏ। ਹਵਾ ਸੰਗ ਰੁੜਦੇ ਰਹਿਣ ਦੇ ਜਾਂ ਕਿਸੇ ਖੂੰਜੇ ਵਿੱਚ ਕੂੜੇ ਦੇ ਢੇਰ ਥੱਲੇ ਦੱਬੇ ਜਾਣ ਤੋਂ ਸਿਵਾਏ ਉਹਨਾਂ ਦਾ ਕੋਈ ਮਨੋਰਥ ਜਾਂ ਟਿਕਾਣਾ ਨਹੀਂ ਰਿਹਾ। ਇਸੇ ਤਰ੍ਹਾਂ ਇੱਕ ਵਾਰ ਕਹਿੰਦੇ ਵੀ ਜਗਰਾਓਂ ਦੇ ਕੁਝ ਨੌਜਵਾਨਾਂ ਨੂੰ CIA ਵਾਲੇ ਚੁੱਕ ਲਿਆ ਏ। ਉਹਨਾਂ ਉੱਤੇ ਅੰਨਾ ਤਸ਼ੱਦਦ ਹੋਇਆ, ਪਰ ਉਹ ਕਿਸੇ ਤਰ੍ਹਾਂ ਛੁੱਟ ਗਏ। ਉਹਨਾਂ ਵਿੱਚੋਂ ਇੱਕ ਨੌਜਵਾਨ ਤਸੀਹੇ ਕੇਂਦਰ ਵਿੱਚ ਬਿਤਾਏ ਦਿਨਾਂ ਨੂੰ ਭੁਲਾ ਨਾ ਸਕਿਆ ਅਤੇ ਖਾੜਕੂ ਸਭਾ ਵਿੱਚ ਜਾ ਰਲਿਆ। ਉਹਨਾਂ ਆਪਣੇ ਉੱਤੇ ਹੋਏ ਜ਼ੁਲਮ ਦਾ ਗੁੱਸਾ ਇਸ ਤਰ੍ਹਾਂ ਕੱਢਿਆ ਕਿ ਉਸ ਨੇ ਉਸ ਗਰੀਬ ਰਸੋਈਏ ਦਾ ਸਾਰਾ ਪਰਿਵਾਰ ਮਾਰ ਦਿੱਤਾ। ਉਸ ਗਰੀਬ ਨੂੰ ਸਮਝ ਨਹੀਂ ਆਇਆ ਕਿ ਉਹਦੇ ਨਾਲ ਵਿਚਾਰੇ ਨਾਲ ਕੀ ਹੋ ਗਿਆ ਅਤੇ ਕਿਉਂ ਹੋਇਆ। ਮਾਰਨ ਵਾਲਿਆਂ ਨੇ ਉਸ ਨੂੰ ਸਭ ਤੋਂ ਵੱਡਾ ਦੁਸ਼ਟ ਜਾਣਿਆ, ਜੋ ਉਹਨਾਂ ਪੁਲਿਸ ਵਾਲਿਆਂ ਦੀ ਸੇਵਾ ਕਰਦਾ ਸੀ, ਉਹਨਾਂ ਨੂੰ ਖਿਆਉਂਦਾ ਸੀ, ਪਿਲਾਉਂਦਾ ਸੀ। ਉਸ ਗਰੀਬ ਲਈ ਇਹ ਕੰਮ ਉਹਦਾ ਰਿਜਕ ਸੀ। ਇਸ ਸਮਝ ਦੇ ਫਰਕ ਨੇ ਵੱਡੇ ਟਕਰਾਅ ਦੇ ਚੱਕਰ ਦੇ ਚੱਲਦਿਆਂ ਉਹਦੀ ਦੁਨੀਆ ਗੁੱਲ ਕਰ ਦਿੱਤੀ ਅਤੇ ਉਹ ਪੱਕਾ ਹੀ ਤਸੀਹੇ ਕੇਂਦਰ ਵਿੱਚ ਰਹਿਣ ਲੱਗ ਪਿਆ। ਫਿਰ ਉਹ ਉੱਥੇ ਵੀ ਨਹੀਂ ਰਹਿ ਸਕਿਆ, ਉਹ ਹੁਣ ਕੰਮ ਛੱਡ ਕੇ ਬਾਹਰ ਆ ਗਿਆ। ਉਹਦੇ ਕੋਲ ਕੋਈ ਸਵਾਲ ਨਹੀਂ ਹੈਗਾ, ਉਹ ਸਿਰਫ ਆਪਣੀ ਲੋਥ ਚੁੱਕੀ ਫਿਰਦਾ। ਇਹੋ ਜਿਹੇ ਬੰਦੇ ਜੋ ਆਮ ਜ਼ਿੰਦਗੀ ਵਿੱਚ ਵੀ ਬਹੁਤੇ ਗੋਲੇ ਨਹੀਂ ਜਾਂਦੇ, ਉਹ ਸੰਘਰਸ਼ ਵਰਗੇ ਸਮਿਆਂ ਵਿੱਚ ਕਿਸ ਤਰ੍ਹਾਂ ਪਿਸ ਜਾਂਦੇ ਨੇ, ਬਹੁਤ ਨੀਚ ਲਾ ਕੇ ਵੇਖਣੇ ਪੈਂਦੇ ਨੇ। ਇਹਨਾਂ ਦਾ ਜੀਣ ਮਰਨ ਵੀ ਉਸ ਦੌਰ ਦਾ ਇੱਕ ਹਿੱਸਾ ਹੈ ਜੋ ਸਾਡੇ 'ਤੇ ਗੁਜ਼ਰਿਆ। ਸੋ ਇਹ ਨੇ ਕੁਝ ਕਿੱਸੇ ਉਸ ਦੌਰ ਦੇ ਜਿਹਨੂੰ ਆਪਾਂ ਰੋਜ਼ ਹੀ ਯਾਦ ਕਰਦੇ ਹਾਂ। ਖਾਸ ਕਰਕੇ ਪੰਜਾਬ ਵਿੱਚ ਤਾਂ ਉਹਨਾਂ ਦੀ ਚਰਚਾ, ਉਹਨਾਂ ਬਾਰੇ ਗੱਲਬਾਤ ਰੋਜ਼ ਹੀ ਹੁੰਦੀ ਹੈ। ਸੋ ਇਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ੍ਹ ਫੇਰ ਪੇਸ਼ ਹੋਵਾਂਗੇ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।